ਲਾਲ ਸਿੰਘ ਕਲਸੀ ਦੀ ਕਹਾਣੀ ਮਿਸ ਨੈਣ ਤਾਰਾ ਅਪੋਲ ਯਾਦਾਂ ਦੇ ਚਰੋਖੇ ਚ ਹਿਰਨੀ ਦੀ ਅੱਖ ਵਰਗੀਆਂ ਮੋਟੀਆਂ ਬਲੌਰੀ ਅੱਖਾਂ ਸਿਆਲ ਦੀ ਕੜਕਦੀ ਸਰਦੀ ਚ ਨਿੱਕੀ ਧੁੱਪ ਵਰਗਾ ਲਿਸ਼ਕ ਦਾ ਰੰਗ ਮੋਰਨੀ ਦੀ ਲੰਬੀ ਧੌਣ ਵਰਗੀ ਧੌਣ ਚਿਹਰੇ ਹੇਠ ਖੁਰਮਾਨੀ ਵਰਗੀ ਠੋਡੀ ਗਲ ਵਿੱਚ ਕੱਚ ਦੇ ਸ਼ਰਬਤੀ ਮਣਕਿਆਂ ਦੀ ਮਾਲਾ ਸੁਰਾਹੀ ਵਰਗੀ ਲੰਬੀ ਧੌਣ ਵਿੱਚ ਇੱਕ ਸੋਨੇ ਦੀ ਬਰੀਕ ਜੰਜੀਰੀਆਂ ਫਬਰਈ ਸੀ ਜਿਵੇਂ ਕਿਸੇ ਕਲਾਕਾਰ ਨੇ ਆਪਣੀਆਂ ਰੀਝਾਂ ਮਤੀ ਮੂਰਤ ਤੇ ਜ਼ਿੰਦਗੀ ਦਾ ਸਾਰਾ ਕਿਆਸ ਉਲਟਾ ਦਿੱਤਾ ਹੋਵੇ ਮੱਥੇ ਤੇ ਬਿੰਦੀ ਜਿਵੇਂ ਪੁੰਨਿਆਂ ਦਾ ਚੰਦ ਚਮਕਦਾ ਹੋਵੇ ਦੋ ਗੁੱਤਾਂ ਉਹਦੇ ਮੋਢੇ ਥਾਪੜ ਕੇ ਜਿਵੇਂ ਉਹਦੀ ਦਿੱਖ ਦੀ ਤਾਰੀਫ਼ ਕਰਕੇ ਸ਼ਾਬਾਸ਼ ਦੇ ਰਹੀਆਂ ਹੋਣ ਪਿੱਪਲ ਦੇ ਨਵੇਂ ਪੁੰਗਰ ਦੇ ਲਾਲ ਗੁਲਾਬੀ ਪੱਤਿਆਂ ਵਰਗੀਆਂ ਕੂਲੀਆਂ ਨਰਮ ਬੁੱਲੀਆਂ ਹੱਸਦੀਆਂ ਅਧ ਖੁੱਲੀਆਂ ਅਧ ਮੀਟੀਆਂ ਵੀ ਜਿਵੇਂ ਸ਼ਹਿਦ ਚੋ ਰਹੀਆਂ ਹੋਣ ਕਦ ਕਾਠ ਤੇ ਸਰੀਰ ਖਵਬਨ ਜਿਵੇਂ ਘਰ ਦੇ ਭਾਗ ਦੇਲੀ ਤੋਂ ਪਛਾਣੇ ਜਾਣ ਵਾਂਗ ਮੂੰਹੋਂ ਬੋਲਦੀ ਜਿਉਂਦੀ ਜਾਗਦੀ ਭਰੀ ਬਸ ਆਪਣੇ ਹੁਸਨ ਦੇ ਆਪ ਹੀ ਮਿਸਾਲ ਸੀ ਉਹ ਉਹਦਾ ਕੁਵਾਰਾ ਹੁਸਨ ਹੱਸ ਹੱਸ ਕੇ ਆਪੇ ਤੂੰ ਹੀ ਘੋਲੀ ਸਦਕੜੇ ਹੁੰਦਾ ਜਾ ਰਿਹਾ ਸੀ ਨਜ਼ਾਕਤ ਕਹਿਣਾ ਸ਼ਾਇਦ ਗੁਨਾਹ ਹੋਵੇ ਪਰ ਸੰਗ ਕਹਿਣਾ ਜਾਇਜ਼ ਜੋ ਉਹਦੇ ਬੋਲਣ ਚ ਤੇ ਮੇਰੇ ਵੱਲੋਂ ਆਉ ਬੈਠ ਜਾ ਉਹ ਕਹਿਣ ਦੇ ਜਵਾਬ ਤੇ ਜੋ ਝਿਜਕ ਇੱਕ ਠਰਮਾਂ ਤੇ ਠਹਿਰਾਉ ਰੂਪਮਾਨ ਹੋਈ ਉਹ ਸਾਗਰ ਦੀਆਂ ਹਜ਼ਾਰਾਂ ਲਹਿਰਾਂ ਦਾ ਤੂਫਾਨ ਮਨ ਤੇ ਤਨ ਅੰਦਰ ਪੈਦਾ ਕਰ ਗਏ ਗੰਗਾ ਅੰਮ੍ਰਿਤ ਦੇ ਹਜ਼ਾਰਾਂ ਚੁੱਲੂ ਭਰ ਪੀਣ ਵਾਂਗ ਤਾਨੂੰ ਸੰਤ੍ਰਿਪਤੀ ਦੇ ਗਏ ਉਹਨੇ ਨਾਲ ਦੀਆਂ ਸਾਥਣਾਂ ਵੱਲ ਨਿਗਾਹ ਘੁਮਾਈ ਸਾਰੀਆਂ ਨੇ ਜਿਵੇਂ ਉਹਦੀ ਹਾਂ ਨੂੰ ਨਜ਼ਰਾਂ ਚੋਂ ਪੜ ਕੇ ਬਿਨਾਂ ਕੁਝ ਬੋਲਿਆਂ ਸਾਡੇ ਵੱਲ ਇੱਕ ਪਾਸੇ ਦੀਆਂ ਖਾਲੀ ਕੀਤੀਆਂ ਸੀਟਾਂ ਉੱਤੇ ਬਹੁਤ ਹੀ ਸਹਿਜ ਅਵਸਥਾ 'ਚ ਬੈਠ ਗਈਆਂ ਬੈਠਦੀਆਂ ਵੀ ਕਿਵੇਂ ਨਾ ਪਿਛਲੇ ਸਟੇਸ਼ਨ ਤੋਂ 10 ਕੁ ਜਣੀਆਂ ਮਿਲਟਰੀ ਜਵਾਨਾਂ ਦੇ ਭਰੇ ਹੋਏ ਡੱਬੇ 'ਚ ਚੜ ਗਈਆਂ ਸੀ ਕਿਉਂਕਿ ਇਸ ਗੱਡੀ 'ਚ ਬੇਅੰਤ ਰਸ ਸੀ ਤੇ ਅਣਗਿਣਤ ਡੱਬੇ ਫੌਜੀ ਜਵਾਨਾਂ ਦੇ ਬਕਸਨ ਅਗਲੇ ਸਟੇਸ਼ਨ ਤੇ ਜਿਉਂ ਹੀ ਗੱਡੀ ਰੁਕੀ ਉਛਾਲਾ ਮਾਰ ਕੇ ਖੇਠਾਂ ਉਤਰ ਆਈਆਂ ਤੇ ਆਜ਼ਿਜ਼ੀ ਲੈਜ਼ਿਟ ਸਾਡੇ ਬੁੱਕ ਹੋਏ ਛੋਟੇ ਜਿਹੇ ਡੱਬੇ ਅੱਗੇ ਆ ਖੜੀਆਂ ਹੋਈਆਂ ਕਹਿੰਦੇ ਹਨ ਹਾਨ ਨੂੰ ਹਣਾ ਹਾਨ ਪਿਆਰਾ ਹੁੰਦਾ ਪਰ ਇਸ ਪਿਆਰ ਨੂੰ ਰੂਪ ਮਾਨ ਕਰਨ ਵਾਲੇ ਹਾ ਭਾ ਵਗੇ ਜਿਹੜੀ ਝਿਜਕ ਪੈਰਾਂ ਲਾ ਕੇ ਖੜੀ ਹੁੰਦੀ ਹੈ ਉਹਦੀ ਡਾਂਗ ਖੋਣ ਦੀ ਹਿੰਮਤ ਕੌਣ ਕਰੇ ਅਸੀਂ ਵੀ ਤਕਰੀਬਨ 15-18 ਜਣੇ ਭਾਰਤ ਦੇ ਵੱਡੇ-ਵੱਡੇ ਸ਼ਹਿਰਾਂ ਬੈਂਗਲੌਰ ਬੰਬਈ ਗੁਆ ਮਦਰਾਸ ਦੀ ਹੱਕ ਟੋਂਦੇ ਤੇ ਨਿੱਗੇ ਦਿਲਾਂ ਵਾਲੀਆਂ ਨਿੱਗੀਆਂ ਰੂਹਾਂ ਦਾ ਨਿਗਮਾਨਦੇ ਹੋਏ ਅਮੁੱਖ ਯਾਦਾਂ ਦੀ ਪਟਾਰੀ ਨੂੰ ਸੰਭਾਲਦੇ ਹੋਏ ਆਪਣੀ ਨਿਜਦਿਆਂ ਦੀ ਖਿੱਚ ਕਰਨ ਜਨਮ ਭੂਮੀ ਵੱਲ ਖਿੱਚੀਂਦੇ ਚਲੇ ਆ ਰਹੇ ਸੀ ਸਾਡੀ ਯਾਦਾਂ ਦੀ ਪਟਾਰੀ ਦੇ ਅਨਮੋਲ ਮੋਤੀਆਂ ਦੇ ਖਜ਼ਾਨੇ 'ਚ ਵਾਧਾ ਕਰਨ ਲਈ ਸਬਬੀਆਂ ਅਰਸ਼ ਦੀਆਂ ਪਰੀਆਂ ਸਾਡੇ ਵਾਲੇ ਡੱਬੇ ਅੱਗੇ ਰੁਕੀਆਂ ਵੇਖੀਆਂ। ਅਸੀਂ ਪਿਛਲੇ 24 ਘੰਟਿਆਂ ਤੋਂ ਇਸ ਡੱਬੇ ਦੀਆਂ ਦੀਵਾਰਾਂ ਤੇ ਸੀਟਾਂ ਨਾਲ ਇਉਂ ਸਾਂਝਾ ਨਿਵਾਉਂਦੇ ਆ ਰਹੇ ਸੀ ਜਿਵੇਂ ਕੋਈ ਕੈਦੀ ਆਪਣੇ ਕੈਦ ਵਾਲੀ ਬੈਰਕ 'ਚ ਬਿਲਕੁਲ ਕਲਮ ਕੱਲੇ। ਇਹਨਾਂ ਨਵੇਂ ਹਮਸਫਰਾਂ ਦੇ ਡੱਬੇ 'ਚ ਚੜਨ ਤੇ ਡੱਬੇ 'ਚ ਜਿਵੇਂ ਸੁਗੰਧੀ ਦੀਆਂ ਲਪਟਾਂ ਬिखर ਗਈਆਂ। ਅਸੀਂ ਇੱਕ ਦੂਜੇ ਨੂੰ ਨਜ਼ਰਾਂ ਦੇ ਇਸ਼ਾਰਿਆਂ ਨਾਲ ਹਾਰਦਿਕ ਵਧਾਈ ਦਿੱਤੀ। ਇੱਕ ਮੁਸਾਫਰ ਕੋਲ ਕਿਸੇ ਨੂੰ ਨਜ਼ਰਾਨੇ 'ਚ ਭੇਟ ਕਰਨ ਲਈ, ਬੈਠਣ ਖਲੋਣ ਲਈ ਥਾਂ ਤੇ ਸੁਖਾਵੇਂ ਜਈ ਸਫ਼ਰ ਸਹੂਲਤ ਤੇ ਸਾਥ ਦੇਣ ਤੋਂ ਸਿਵਾ ਹੋਰ ਹੁੰਦਾ ਵੀ ਕੀ ਹੈ? ਉਸ ਤੋਂ ਵੱਧ ਜੇ ਹੈ ਤਾਂ ਦਿਲ ਦੀ ਸੋਹਰਦਤਾ ਜਿਹਦਾ ਸਬੂਤ ਅਸੀਂ ਉਹਨਾਂ ਨੂੰ ਆਪਣੀਆਂ ਸੀਟਾਂ ਖਾਲੀ ਕਰਕੇ ਦੇਣ ਦੀ ਕੋਸ਼ਿਸ਼ ਕੀਤੀ। ਝਿਜਕ ਪੈਰੇ ਹੱਥੋਂ ਦਾੰਕ ਹੋਣ ਦਾ ਸਾਡਾ ਇਹ ਪਹਿਲਾ ਯਤਨ ਸੀ। ਸਾਡੀ ਨਿਰਛਲ ਪੇਸ਼ਕਸ਼ ਵੇਖ ਕੇ ਉਹਨਾਂ ਵੀ ਥੋੜੀ ਦਲੇਰੀ ਵਿਖਾਉਂਦੇ ਆਂ ਧੰਨਵਾਦ ਸ਼ੁਕਰੀਆ ਵਰਗੇ ਸ਼ਬਦ ਬੋਲ ਕੇ ਸ਼ਿਸ਼ਟਾਚਾਰੀ ਦਿਖਾਈ ਬਿਨਾਂ ਕਿਸੇ ਹੋਰ ਵਾਧੂ ਤਮੰਨਾ ਯਾਸ ਰੱਖਣ ਦੇ ਸਾਨੂੰ ਇੰਨੇ ਤੇ ਹੀ ਸੰਤੁਸ਼ਟੀ ਸੀ ਭਾਵੇਂ ਹੋਰ ਕੋਈ ਗੱਲਬਾਤ ਨਾ ਹੀ ਕਰਦੀਆਂ ਪਰ ਸਫਰ ਸੰਗ ਸਾਥ ਸੁਹਾਵਣਾ ਪਰ ਸਹਿਜ ਗੱਲਬਾਤ ਵੀ ਤਾਂ ਪਾਲਦਾ ਹੈ ਕਿ ਤੁਸੀਂ ਕਾਲਜ ਵਿਦਿਆਰਥਣਾ ਹੋ ਗੱਲਬਾਤ ਦੀ ਪਹਿਲ ਕਰਦੇ ਆ ਮੈਂ ਪੁੱਛਿਆ ਹਾਂਜੀ ਬਿਲਕੁਲ ਸੰਖੇਪ ਉਤਰ ਚ ਉਸ ਸੋਝਾਂ ਭਰੀ ਕੁੜੀ ਦੇ ਦੋ ਸ਼ਬਦਾਂ ਦੀ ਛਣਕਾਰ ਸਾਡੇ ਕੈਦ ਰੂਪੀ ਡੱਬੇ 'ਚ ਅਨੋਖੀ ਫੇਜ਼ਾਦਾ ਰੰਗ ਭਰ ਗਈ ਫਿਰ ਗੱਲਬਾਤ ਦਾ سلسلہ ਸ਼ੁਰੂ ਹੋ ਗਿਆ ਉਹ ਬੀਐਸਸੀ ਆਖਰੀ ਸਾਲ ਦੀ ਵਿਦਿਆਰਥਣ ਜਿਹਦਾ ਨਾਂ ਨੈਣਕਾਰਾ ਸੀ ਕਰਦਿਆ ਨੇ ਉਹਦਾ ਨਾਂ ਕਿੰਨਾ ਵਧੀਆ ਤੇ ਟੁਕਮਾਂ ਰੱਖਿਆ ਸੀ ਸ਼ਾਇਦ ਉਹ ਜਨਮ ਤੋਂ ਬਚਪਨ ਜੀ ਬਹੁਤ ਸੁੰਦਰ ਹੋਏਗੀ ਉਹ ਟੇਬਲ ਚੈਨਿਸ ਦੀ ਖਿਡਾਰਨ ਉੱਗੇ ਹੋਟਲ ਮਾਲਕ ਦੀ ਧੀ ਸੀਹਲੀਆਂ ਦੀ ਸਰਦਾਰ ਸੰਗਤ ਜਿਗ ਦੀ ਮਹੀਨ ਜੇ ਪੁਸ਼ਾਕ ਪਾਈ ਆਪਣੇ ਕਾਲਜ ਦੀਆਂ ਸਟਾਫ ਦੀਆਂ ਪੜਾਈ ਦੀਆਂ ਆਪਣੇ ਇਲਾਕੇ ਦੀਆਂ ਕੰਨੜ ਬੋਲੀ ਦੀਆਂ ਪੰਜਾਬੀਆਂ ਦੀਆਂ ਤੇ ਉਹਨਾਂ ਪ੍ਰਤੀ ਆਪਣੇ ਦਿਲ ਅੰਦਰ ਸਮੋਈ ਪਿਆਰ ਸਨੇਹ ਤੇ ਪ੍ਰਭਾਵ ਦੀਆਂ ਦੇਖੇ ਹੋਏ ਇਲਾਕਿਆਂ ਦੀਆਂ ਵਧੀਆ ਤੇ ਸੁੰਦਰ ਸ਼ਹਿਰ ਬੈਂਗਲੌਰ ਦੀਆਂ ਬਹੁਤ ਹੀ ਪਿਆਰ ਤੇ ਠਰਮੇ ਨਾਲ ਗੱਲਾਂ ਕਰਦੀ ਜਾਂਦੀ ਸੀ ਉਹਨੇ ਬਿਸ਼ਨ ਸਿੰਘ ਬੇਦੀ ਉਗੇ ক্রিকেট ਖਿਡਾਰੀ ਨੂੰ ਮਿਲਣ ਦੀ ਆਪਣੀ दिली ਇੱਛਾ ਦੱਸੀ ਤੇ ਤੁਸੀਂ ਤਾਂ ਉਹਨਾਂ ਨੂੰ ਬਹੁਤ ਵਾਰੀ ਮਿਲੇ ਹੋਗੇ ਸਵਾਲ ਵੀ ਕੀਤਾ ਪਰ ਸਾਡੇ ਤੇ ਸਾਡੇ ਖਿਡਾਰੀਆਂ ਦੇ ਇੰਨੇ ਵੀ ਵੱਡੇ ਭਾਗ ਕਿੱਥੇ ਕਿ ਕੋਮੰਤਰੀ ਖਿਡਾਰੀ ਆਮ ਲੋਕਾਂ ਨਾਲ ਰਚਨ-ਵਿਚਨ ਦਾ ਸਮਾਂ ਕੱਢੇ ਉਹ ਵੀ ਫੈਕਟਰੀਆਂ 'ਚ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਜਿਹੜੇ ਸਾਰੇ ਦਿਨ ਦੀ ਹੱਡਮੀ ਹੱਡਪਨਵੀ ਮਿਹਨਤ ਕਬੀਲਦਾਰੀ ਦਾ ਭਾਰ ਲੱਦਿਆ ਗੱਡਾ ਖਿੱਚਦੇ ਆਂ ਇਹ ਵੀ ਭੁੱਲ ਜਾਂਦੇ ਆ ਕਿ ਬਿਸ਼ਨ ਸਿੰਘ 베ਦੀ ক্রিকেট ਦਾ ਖਿਡਾਰੀ ਆ ਜਾਂ hockey ਦਾ ਉਹ ਤਾਂ ਅਖਬਾਰ ਵੇਖਣ ਦੀ ਫੁਰਸਤ ਹੀ ਨਹੀਂ ਕੱਢ ਸਕਦੇ ਜੇਕਰ ਅਖਬਾਰ ਪੜ੍ਹਦੇ ਵੀ ਐ ਤਾਂ ਮਜ਼ਦੂਰ ਜਮਾਤ ਨਾਲ ਹੋ ਰਹੀਆਂ ਵਧੀਕੀਆਂ ਜਾਂ ਉਹਨਾਂ ਵੱਲੋਂ ਵਧੀਕੀਆਂ ਖਿਲਾਫ ਚਲਾਏ ਜਾ ਰਹੇ ਅੰਦੋਲਨਾਂ ਦੀਆਂ ਖਬਰਾਂ ਤੱਕ ਹੀ ਸੀਮਤ ਰਹਿ ਜਾਂਦੇ ਹਨ ਸਾਡੇ ਵੱਲੋਂ ਨਾਂ ਚ ਸਿਰ ਹਿਲਾਉਣ ਨਾਲ ਉਹਦੇ ਚਿਹਰੇ ਦੀ ਚਮਕ ਜਿਵੇਂ ਮੱਠੀ ਪੈ ਗਈ ਹੋਵੇ ਅਸੀਂ ਉਹਦੀ ਤਵੱਜੋ ਦੂਜੇ ਪਾਸੇ ਬਦਲਣ ਲਈ ਆਪਣੇ ਇੰਡਸਟਰੀਅਲ ਸਿੱਖਿਆ ਅਧੀਨ 올 ਇੰਡੀਆ ਟੂਰ ਦੌਰਾਨ ਦਰਪੇਸ਼ ਮੁਸ਼ਕਲਾਂ ਲੋਕਾਂ ਵੱਲੋਂ ਸਹਿਯੋਗ ਮੁਲਾਜ਼ਮਤ ਦੀਆਂ ਪੰਜਾਬ ਦੀਆਂ ਪੰਜਾਬੀਆਂ ਦੀਆਂ ਪੰਜਾਬ 'ਚ ਪੈਦਾ ਹੋਣ ਵਾਲੀਆਂ ਫਸਲਾਂ ਦੀਆਂ ਮੌਸਮਾਂ ਦੀਆਂ ਪੰਜਾਬ ਵਿੱਚ ਵੇਖਣ ਤੇ ਘੁਮਣ ਯੋਗ ਥਾਵਾਂ ਦੀਆਂ ਗੱਲਾਂ ਕਰਦੇ ਰਹੇ। ਉਹਨੇ ਪੰਜਾਬ ਦੀ ਵੱਧ ਰਹੀ ਜਨਸੰਖਿਆ ਉੱਪਰ ਬੜਾ ਜ਼ੋਰ ਦੇ ਕੇ ਸਵਾਲ ਕੀਤਾ। ਬੇਸ਼ੱਕ ਅਸੀਂ ਉਹਨਾਂ ਨੂੰ ਕਿੰਨਾ ਵੀ ਵਿਸ਼ਵਾਸ ਦਿਵਾਇਆ ਕਿ ਪੰਜਾਬ ਭਾਰਤ ਦਾ ਬਹੁਤ ਖੁਸ਼ਹਾਲ ਸੂਬਾ ਹੈ ਪਰ ਉਹਦੇ ਮਨ 'ਤੇ ਵਧੇ ਘਬਾਦੀ ਵਾਲਾ ਪਿਆ ਹੋਇਆ ਅਕਸ ਤੂੰ ਦਲਾ ਨਾ ਹੋ ਸਕਿਆ ਮੈਂ ਟੌਪਿਕ ਬਦਲ ਦਿਆਂ ਉਹਦੀ ਮੰਤਰੰਗ ਨੂੰ ਝੰਡੋੜ ਦਿਆਂ ਕਿਆ ਮਿਸ ਮਨਤਾਰਾ ਕੁਦਰਤ ਨੇ ਤੁਹਾਡੀ ਸਰੀਰਕ ਕੀ ਸ਼ਖਸੀਅਤ ਤੇ ਸਰੀਰ ਸਿਰਤ ਪੱਖੋਂ ਇੱਕ ਕਲਾਕਾਰ ਦੀ ਉਹ ਵੀ ਗਾਇਕ ਤੇ ਸੰਗੀਤਕਾਰ ਵਾਲੀ ਰਚਨਾ ਕੀਤੀ ਹੈ ਜੇ ਮੈਂ ਗਲਤ ਨਹੀਂ ਤਾਂ ਕੀ ਇਸ ਅਨੁਮਾਨ ਦਾ ਸਬੂਤ ਗਾਣਾ گا ਕੇ ਦਿਓਗੇ ਨਹੀਂ ਤੁਸੀਂ ਇਹਨਾਂ ਸੁਣਦਿਆਂ ਸਾਰ ਨਾਲ ਦੀਆਂ ਸਾਥਣਾਂ ਨੇ ਤਾੜੀ ਮਾਰ ਕੇ ਇਸ ਗੱਲ ਦੀ ਤਾਇਦ ਕਰ ਦਿੱਤੀ ਨਾਲ ਦੀ ਨਾਲ ਹੀ ਬਿਨਾ ਕਿਸੇ ਦੇਰੀ ਦੇ ਉਹਨੇ ਗਾੜੀ ਬੁਲਾ ਰਹੀ ਹੈ ਸਿਟੀ ਬਜਾ ਰਹੀ ਹੈ ਵਾਲਾ ਗਾਣਾ ਛੋਕੇ ਮੌਕੇ ਤੇ ਸੰਜੋਗ ਮੁਤਾਬਕ ਉਹਨੇ ਜਿਵੇਂ ਵਕਤ ਤੇ ਮੁਬਾਰਕ پلان ਉਗੇ ਤਰਨ ਨੂੰ ਰੋਕ ਲਿਆ ਹੋਵੇ ਸਾਡੇ ਮਨਾਂ ਦੀਆਂ ਤਾਰਾਂ ਕਿਸੇ ਅਨੰਤ ਰਾਗ ਵਿੱਚ ਤਾਰੀ ਲਾਉਂਦੀਆਂ ਜਿਵੇਂ ਮਸਤੀ ਦੇ ਆਲਮ ਦਾ ਆਨੰਦ ਮਾਨ ਰਹੀਆਂ ਸਨ ਗਾਣਾ ਖਤਮ ਹੋ ਨਹੀਂ ਉਹਨਾਂ ਦੀ ਜ਼ੋਰਦਾਰ ਪਰਮੈਸ਼ ਤੇ ਸਾਡੇ ਵੱਲੋਂ ਗਾਈ ਬਾਲੂ ਮਈਆ ਦੇ ਪੱਤੇ ਤੇ ਬੋਲੀਆਂ ਨਾਲ ਗਿੱਧੇ ਦੀ ਧਮਕ ਮਾਣਦੀਆਂ ਹੋਈਆਂ ਉਹ ਕਿਸੇ ਬਹਿਸ਼ਤ ਵਿੱਚ ਰੰਗ ਮਸਤੀ ਮਾਣ ਰਹੀਆਂ ਮਾਲੂਮ ਹੁੰਦੀਆਂ ਸਨ ਗੱਡੀ ਦੀ ਰਫ਼ਤਾਰ ਘਟੀ ਜਿਵੇਂ ਸਾਡੀ ਵੀ ਨਬਜ਼ ਦੀ ਧੜਕਣ ਮੱਠੀ ਪੈਣ ਲੱਗੀ ਹੋਵੇ ਗੱਡੀ ਰੁਕੀ ਸਾਡੇ ਗੀਤ ਰੁਕ ਗਏ ਉਹ ਸਭ ਉਤਰਨ ਲਈ ਖੜੀਆਂ ਹੋ ਗਈਆਂ ਇੰਜ ਲੱਗ ਰਿਹਾ ਸੀ ਜਿਵੇਂ ਉਹਨਾਂ ਦੇ ਪੈਰਾਂ ਨਾਲ ਮਣਾ ਮੂਹੀ ਵਜਨ ਵੱਜ ਗਿਆ ਹੋਵੇ ਜਾਣਾ ਉਤਰਨਾ ਉਹਨਾਂ ਦੀ ਜਿਵੇਂ ਮਜਬੂਰੀ ਬਣ ਗਈ ਹੋਵੇ ਪਰ ਮਨ ਹੋਰ ਖੂਰ ਸਾਥ ਮੰਨਣਾ ਚਾਹੁੰਦਾ ਸੀ ਤੇ ਅਖਰ ਉਚਲੀਆਂ ਗਈਆਂ ਜਾਂਦੀਆਂ ਜਾਂਦੀਆਂ ਨਾਲ ਲੈ ਗਈਆਂ ਉਹ ਸਾਡੇ ਚਾ ਅਰਮਾਨ ਤੇ ਹੁਣ ਰੇਲ ਡੱਬਾ یوں ਖਾਲੀ ਨਜ਼ਰ ਆ ਰਿਹਾ ਸੀ ਜਿਵੇਂ ਬਿਨਾ ਆਤਮਾ ਤੋਂ ਬਦਨ 1975 ਦੀ ਅੱਜ ਵੀ ਜਦੋਂ ਉਸ ਦ੍ਰਿਸ਼ ਨਜ਼ਾਰੇ ਦੀ ਕਾਲਪਨਿਕ ਸਿਰਜਣਾ ਕਰਦੇ ਹਾਂ ਤਾਂ یوں معلوم ਹੁੰਦਾ ਜਿਵੇਂ ਉਹਨੁਕੀ ਸੱਜ ਧੱਜ ਵਾਲੀ ਮਿਸ ਡੈਨ ਤਾਰਾ ਸਾਹਮਣੇ ਬੈਠੀ ਗਾਰੀ ਹੋਵੇ ਗਾੜੀ ਬੁਲਾ ਰਹੀ ਹੈ ਸੀਡੀ ਬਜਾ ਰਹੀ ਹੈ ਧੰਨਵਾਦ